ਮੌਲਵੀ ਸਾਹਿਬ ਅਸੀਂ ਖੀਰ ਪਕਾਈ ਤੇ ਮੈਂ ਕਿੰਨਾ ਖੁਸ਼ ਹੋਣਾ ਮੇਰੀ ਪਸੰਦ
ਅਕਬਰ ਸਾਹਿਬ ਨੂੰ, ਭਾਈ ਕਾਰਿਸ ਅਜੀਤ ਸਾਹਿਬ ਨੂੰ, ਭਾਈ ਮੁਹੰਮਦ ਇਜ਼ਤ ਮਾਤ ਜਮੀਲ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ, ਮੇਰੇ ਭਾਈ ਦਾ ਕੀ ਨਾਮ ਸੀ ਉਹ ਚਾਹੁੰਦਾ ਤੇਰਾ ਕੀ ਨਾਮ ਆਮਰ ਅਬ ਚਾਹੁੰਦਾ ਸ਼ੁਏਬ, ਤੁਸੀਂ ਸਾਰੇ ਮੈਨੂੰ ਨਾਂ ਤੋਂ ਲਿਖਦਾ ਸਜਾਦ ਭਾਈ, ਇਹਦਾ ਔਰ ਭਾਈ ਬੈਠਾ ਸੀ ਨਾਮ। ਅੱਛਾ ਅੱਜ ਹੀ ਮੁਸ਼ਤਾਕ ਸਾਹਿਬ ਬਕੀਆ ਤੋਂ ਸਲਫ ਸਾਡੇ ਬਜ਼ੁਰਗਾਂ 'ਚ ਨਿਸ਼ਾਨੀ ਹੈ ਸਾਡੇ ਕੋਲ, ਇਹ ਮਿਲਣ ਮੈਂ ਕਵਾਂ ਫਲਾਂ ਸ਼ਹਿਰ ਪੱਕੀ, ਉਹ ਇਹਨਾਂ ਨੂੰ ਪਸੰਦ ਹੋਵੇ, ਇਹਨਾਂ ਦੇ ਮੂੰਹੋਂ ਨਿਕਲਣਾ ਬੱਲੇ ਸੁਭਾਨ ਦਾ ਯਾਰ, ਅੱਜ ਮੇਰਾ ਦਿਲ ਕਰ ਰਿਹਾ ਸੀ, ਚੀਜ਼ ਵੀ ਮੇਰੀ ਪਸੰਦੀ। ਸੈਦ ਖਾਲਦ ਮਹਿਮੂਦ ਤਿਰਮਿਜ਼ੀ ਸਾਹਿਬ ਆਲੇ ਸਕੂਲ ਆਏ, ਉਹਨਾਂ ਦੀ ਕੋਈ ਪਸੰਦ ਹੋਵੇ ਬੰਦਾ ਕਵੇ, ਇੱਜ਼ਤ ਮਾਂ ਲਾਮਾ ਸ਼ਾਹ ਰਾਓ ਸਾਹਿਬ ਨੂੰ ਕਵੇ ਕਿ ਤੁਹਾਡੀ ਪਸੰਦ ਦੀ ਚੀਜ਼ ਮੈਂ ਪਕਾਈ, ਬੰਦਾ ਖੁਸ਼ ਹੁੰਦਾ ਬੋਲਦਾ ਹੈ, ਜਿਹੜਾ ਕਦੀ ਨਾ ਬੋਲੇ ਬੋਲਦਾ ਕਿ ਯਾਰ ਚੱਲ ਮੇਰੀ ਪਸੰਦ ਹੈ। ਘਰ 'ਚ ਮਾਂ ਨੂੰ ਪੁੱਛ ਲਈਏ ਨਾ ਅੰਮਾ ਕੀ ਪਕਾਇਆ, ਅਤੇ ਮਾਂ ਦੱਸੇ ਪਸੰਦ ਦੀ ਚੀਜ਼ ਕਿ ਆਹ ਤੇਰੀ ਪਸੰਦ ਦੀ ਸ਼ਾਇਦ ਪਕਾਈ, ਬੰਦਾ ਖੁਸ਼ ਹੋ ਜਾਂਦਾ। ਮੈਂ ਅੱਜ ਚੰਦ ਦੇ ਕਿਲੇ ਆਇਆ ਲਾਹੌਰੋਂ, ਮੈਂ ਵੇਖਣਾ ਕਿ ਤੁਹਾਡੀ ਹਜ਼ੂਰ ਪਸੰਦ ਹੈ ਕਿ ਨਹੀਂ, ਜੇ ਹਜ਼ੂਰ ਪਸੰਦ ਹੋਏ ਮੇਰੇ ਨਾਲ ਨਾਥ ਪੂਜੇਗੀ ਸਾਰੀ ਮਸਜਿਦ 'ਚ, ਅਤੇ ਲਾਹੌਰ ਜਾ ਕੇ ਦੱਸਾਂਗਾ ਮੈਂ ਸ਼ਮਾ ਰਸਾਲਤ ਦਾ ਜ਼ਿਕਰ ਕੀਤਾ, ਉੱਥੇ ਪਰਵਾਨੇ ਬੋਲੇ ਨੇ। اب آپ نے نعت سارا پڑھنا نعرے بازی سے پرہیز کر کے، میں نعت رسول عبادت سمجھ کے کرنا، میں نعت کو پڑھنا عبادت سمجھتا ہوں۔ اچھا دو کام ایسے ہیں جڑے اللہ دے حبیب نے آپ کہہ کے کرائے، یہ تین بچوں نے حفظ کیا، قاری بنے ہیں نا، اور قاری صاحب کا بیٹا عزت معاف قاری صاحب تلاوت فرما رہے تھے، میرے بھائی معاذ کا بھائی ہے۔ تو میں دو چیزاں پہلے دستا، ਉਹ ਕਿੰਨੇ ਖੁਸ਼ ਨਸੀਬ ਲੋਕ ਜਿਨ੍ਹਾਂ ਨੂੰ ਸਰਕਾਰ ਨੇ ਕਿਹਾ ਕਾਰੀਏ ਕੁਰਾਨ ਮੈਨੂੰ ਕੁਰਾਨ ਸੁਣਾ ਪੜ ਗਏ, ਕਾਰੀਏ ਕੁਰਾਨ ਨੂੰ ਹਜ਼ੂਰ ਨੇ ਕਿਹਾ ਕਿ ਮੈਨੂੰ ਕੁਰਾਨ ਸੁਣਾ। ਔਰ ਦੂਸਰਾ ਨਾਤ ਖਾਨ ਨੂੰ ਕਿਹਾ ਕਿ ਅਸਾਨ ਉੱਠ ਕੇ ਮੇਰੀ ਨਾਤ ਪੜ, ਉਹਨਾਂ ਮੇਰੇ ਚਿਹਰੇ ਦੀ ਤੋਹੀਨ ਕੀਤੀ ਹੈ ਅਤੇ ਤੂੰ ਆਪਣੇ ਮਬੀ ਦੇ ਚਿਹਰੇ ਦੀ ਤਾਰੀਫ ਕਰ। ਇਹਦਾ ਮਤਲਬ ਹੈ ਨਾਤ ਪੜ੍ਹਨ ਵਾਲਾ ਵੀ ਅਫਸਰ ਕਾਲੀ ਸਾਹਿਬ ਆਪ ਪਿੱਛੇ ਬੈਠੇ ਅੱਗੇ ਆ ਗਏ ਇੰਨਾ ਹੀ ਕਰੀਬ ਆ ਜੀ, ਆਪ ਕੁਰਾਨ ਕੇ ਕਾਰੀ ਹੈ, ਹਜ਼ਾਰੋਂ ਬੱਚੋਂ ਕੇ ਉਸਤਾਦ ਹੈ। ਇਹ ਜਿਤਨੇ ਬੈਠੇ ਹੈ ਨਾ ਸ਼ਾਹ ਸਾਹਿਬ ਆਪ ਵੀ ਆ ਗਏ, ਜਿੰਨੇ ਆਲੇ ਰਸੂਲ ਹੈ ਆਪ ਦੀ ਅਦਬ ਕਰਨਾ ਹਮਾਰੇ ਉੱਤੇ ਫਰਜ਼ ਹੈ, ਆਲੇ ਰਸੂਲ ਕਾ ਨਾ ਜਿਤਨਾ ਹੋ ਸਕੇ ਅਦਬ ਕੀਆ ਕਰੋ। ਪਤਾ ਕਿਉਂ? ਕੋਈ ਕਹੇ ਨਾ ਮੈਂ ਸਹੀ ਹਾਂ, ਇਹ ਨਾ ਪੁੱਛਿਆ ਕਰੋ ਕਿ ਸ਼ਜਾ ਨਸ਼ਾ ਦੱਸ, ਬਸ ਜਿਹਦੀ ਵਾਲ ਨਿਸਬਤ ਕੀਤੀ ਸੀ ਨਾ ਉਸ ਮਹਬੂਬ ਨੂੰ ਵੇਖਿਆ ਕਰੋ। ਹਾਂ ਆਲੇ ਰਸੂਲ ਕਾ ਅਦਬ ਕਿਉਂ? ਹਮ ਨਮਾਜ਼ ਮੇਂ ਕਹਤੇ ਹੈਂ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੇ, ਤੋ ਇਸ ਲਈ ਕੋਈ ਯਾ ਇਹ ਨਾ ਪੁੱਛਿਆ ਕਰੇ ਕਿ ਕਦੋਂ ਸੈਯਦ ਬਣੇ ਹੈ, ਅੱਲਾਹ ਦੀ ਕਸਮੇ ਕਵੇ ਸਹੀ, ਮੈਂ ਨਹੀਂ ਕਦੀ ਪੁੱਛਿਆ ਵੀ ਤੂੰ ਕਿੱਥੇ ਕਿਵੇਂ, ਕਿਉਂ ਕਿਆਮਤ ਨੂੰ ਜਵਾਬ ਉਹਨੇ ਦੇਣਾ। ਅਸਾਂ ਤੇ ਸਵਾਬ ਉਧਰ ਵੀ ਲੈ ਲੈਣਾ ਕਿ ਅਸਾਂ ਤੇ ਤੁਹਾਡੇ ਨਾਮ ਨੂੰ ਸਲਾਮ ਕੀਤਾ ਸੀ। ਪੁੱਤਰੋ ਤੁਹਾਜੋ ਆਪ ਸ਼ਿਕਲ ਨਹੀਂ ਕਰੇ ਸਾਰੇ ਦੁਬਾਰਾ, ਇਹ ਮੇਰੇ ਚੰਨ ਨੇ ਦਾੜੀ ਰੱਖ ਲਈ ਹੈ ਮਾਸ਼ਾਅੱਲਾ, ਕੀ ਨਾਂ ਅਸੀਂ ਚੰਨ, ਤੁਹਾਡਾ ਨਾਮ ਕੀ? ਇਸ਼ਬਾਗ, ਅੱਜ ਇਸ਼ਬਾਗ ਮੇਰਾ ਪੁਰਾਣਾ ਦੋਸਤ ਅਸਦ, ਇਹ ਸਾਰੇ ਪੁਰਾਣੇ ਨੇ, ਪੁਰਾਣੇ ਦੋਸਤ ਨੇ ਮਾਸ਼ਾਅੱਲਾ, ਤਕਰੀਰਾਂ
ਔਰ ਮੈਂ ਮਾਸ਼ਾਅੱਲਾ ਦੇਖਿਆ ਜੁਮਾ ਪੜ੍ਹਦੇ ਜਲਸੇ ਸੁਣਦੇ ਦੇ ਨਾਲ ਇੱਥੇ ਹੋਰ ਬੱਚਾ ਤਈਏ ਬੈਠਾ ਹੈ, ਇਸ ਐਡਾ ਖੁਸ਼ੀ ਜਦੋਂ ਦਾ ਮੇਰਾ ਗੁਜਰਾਂ ਵਾਲੇ ਜਲਸੇ ਸੁਣਨ ਲੱਗਾ, ਤਈਏ ਜਵਾਨ ਹੋ ਗਿਆ, ਸ਼ਾਦੀ ਹੋ ਗਈ, ਅਜਮੇਰ ਵੀ ਐਡਾ ਖੁਸ਼ੀ ਜਦੋਂ ਦਾ ਮੈਨੂੰ ਸੁਣਨ ਲੱਗਾ 15-20 ਸਾਲ ਦੇ ਇਹਦੇ ਗਾਂ ਬੱਚੇ ਹੋ ਜਵਾਨ ਹੋ ਗਏ ਮੁਸ਼ਤਾਕ ਸਾਹਿਬ ਇੰਨਾ ਮਜਮਾ ਬੈਠਾ ਹੈ। ਪੁੱਤਰੋ ਮੈਂ ਤੁਹਾਨੂੰ ਦੱਸ ਦਿੱਤਾ ਹੈ, ਜਦੋਂ ਮੈਂ ਸਰਕਾਰ ਦੀ ਨਾਤ ਪੜ੍ਹਾਂ ਮਸਜਿਦ ਦੇ ਤਰਨ ਦੀਵਾਰ ਗੂੰਜਣ, ਮੈਂ ਜਦੋਂ ਇਸ਼ਾਰਾ ਕਰਾਂ ਨਾਲ ਪੜ੍ਹਨਾ ਹੈ, ਚੰਨ ਜੜੇ ਆ ਮੀਨਾ ਦੇ ਹਰ ਦਿਨ ਜਿਤਲਿਆ ਜਾਂ ਦੁਬਾਰਾ ਸਾਰਿਆਂ ਪੜ੍ਹਨਾ ਹੈ, ਚੰਨ ਚੜੇ ਜ਼ਿਕਰ ਰਸੂਲ ਹੋ ਰਿਹਾ ਹੈ, ਚੰਨ ਚੜੇ ਚੜੇ ਆ ਆਮੀਨਾ।
ਕਿਰਨ ਅੱਲਾ ਤੇਰੀ ਨਸੀਬ ਚੰਗੇ ਕਰਦੇ ਇੱਥੇ ਮਿਲ ਕੇ ਪਿਆਰ ਨਾਲ ਸਰੂਰ ਆ ਜਾਏ ਅੱਲਾ ਦੀ ਕਿਸਮ ਸਰੂਰ ਆ ਗਿਆ ਹੈ ਹਜ਼ੂਰ ਦੀ ਨਾਤ ਪੜੀਏ ਸਾਰਿਆਂ ਇੱਕ ਤਰ੍ਹਾਂ ਪੜਨਾ ਫਿਰ ਮੈਂ ਬਾਤ ਚਲਾਉਣੀ ਹੈ